ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕੱਪ ਕੇਕ ਆ ਜਿਹੜਾ ਸਟੋਰਾਂ ਤੋਂ ਲੈ ਕੇ ਖਾਈਦਾ ਉਹ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਉਹ ਅਸਲ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਹੈ ਜਾਂ ਤਾਂ ਉਹ ਮੈਦੇ ਨਾਲ ਬਣਿਆ ਹੁੰਦਾ ਜਾਂ ਆਟੇ ਨਾਲ ਬਣਿਆ ਹੁੰਦਾ ਉਹ ਕੱਪ ਕੇਕ ਨੂੰ ਲਾਓ ਤੇ ਪਾਣੀ ਦੇ ਵਿੱਚ ਧੋ ਕੇ ਉਹਨੂੰ ਚੈੱਕ ਕਰੋ ਜਿੱਦਾਂ ਪਲਾਸਟਿਕ ਦੇ ਨਕਲੀ ਚੌਲ ਆਉਂਦੇ ਹੋਰ ਚੀਜ਼ਾਂ ਆਂਡੇ ਤਾਦਕ ਨਕਲੀ ਆਉਂਦੇ ਪਲਾਸਟਿਕ ਦੇ ਇਹ ਵੀ ਪਲਾਸਟਿਕ ਦੇ ਆ ਰਹੇ ਨੇ ਇਹਨੂੰ ਛਾਣਨੀ ਦੇ ਵਿੱਚ ਪਾ ਕੇ ਛਾਣ ਲਓ ਤੇ ਫਿਰ ਤੁਸੀਂ ਦੇਖੋਗੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਕਿ ਇਹ ਇਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਪਲਾਸਟਿਕ ਆ ਜਿਹੜੀ ਉਹ ਪਾਈ ਜਾਂਦੀ ਆ ਇਹਨੂੰ ਵਧੀਆ ਦੇਖਣ ਵਾਸਤੇ ਜਿਹੜੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਆ ਤੇ ਜੇ ਤੁਸੀਂ ਕੱਪ ਜਿਹੜੇ ਕੱਪ ਕੇਕ ਆ ਉਹਨੂੰ ਖਾਣ ਦੇ ਸ਼ੌਕੀਨ ਆ ਤੇ ਘਰ ਬਣਾ ਕੇ ਖਾਓ ਬਹੁਤ ਸੌਖਾ ਇਹਨੂੰ ਬਣਾਉਣਾ ਤੇ ਇਹਦਾ ਸਾਰਾ ਹੀ ਜਿਹੜੀ ਹੈਗੀ ਆ ਰੈਸਪੀ ਤੁਹਾਨੂੰ ਮਿਲ ਜਾਊਗੀ ਇੰਟਰਨੈਟ ਤੇ ਉੱਪਰੋਂ ਵੀ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਜਦੋਂ ਉਹਨੂੰ ਚੰਗੀ ਤਰ੍ਹਾਂ ਧੋ ਲੈਂਦੇ ਆ ਇਹਦੇ ਵਿੱਚੋਂ ਪਲਾਸਟਿਕ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ ਜੂਗੀ ਤੁਸੀਂ ਪਾਣੀ ਛਾਣਨੀ ਦੇ ਵਿੱਚ ਧੋ ਕੇ ਦੇਖੋ ਆਹ ਬਹੁਤ ਹੀ ਜ਼ਿਆਦਾ ਖਤਰਨਾਕ ਆ ਜਿਹੜੀ ਪਲਾਸਟਿਕ ਤੁਹਾਡੇ ਸਿਹਤ ਦੇ ਜਦੋਂ ਅੰਦਰ ਚਲ ਜਾਂਦੀ ਹੈ ਸਿਹਤ ਵਾਸਤੇ ਇਹ ਜ਼ਹਿਰ ਦਾ ਕੰਮ ਕਰਦੀ ਹੈ ਸੋ ਬਹੁਤ ਵੱਡੀਆਂ ਪਾਲਿਸੀਆਂ ਨੇ ਜਿਹੜੀਆਂ ਤੁਹਾਡੇ ਆਸੇ ਪਾਸੇ ਬੁਣੀਆਂ ਜਾ ਰਹੀਆਂ ਨੇ ਇਹ ਤੋਂ ਸੁਚੇਤ ਹੋਵੋ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜਾਗੋ ਮੀਡੀਆ ਤੁਹਾਡੇ ਨਾਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ